ਸੁਸਾਈਡ ਕੀਤਾ ਸੀਗਾ ਜੀ, ਡੈਥ ਹੋ ਗਈ ਅੱਜ। ਇਹ ਇਦਾਂ ਜੀ, ਇਹ ਮੇਰਾ ਸਕਾ ਭਤੀਜਾ, ਛੋਟੇ ਬ੍ਰਦਰ ਦਾ ਲੜਕਾ, ਗੌਰਵ ਰਾਣਾ ਇਹਦਾ ਨਾਂ। ਇਹਦਾ ਮਤਲਬ ਵਿਆਹ ਹੋਇਆ ਸੀ 2020 'ਚ, ਅਤੇ ਨਵੰਬਰ ਦੇ ਤਕਰੀਬਨ 12-13 ਤਰੀਕ ਸੀਗੀ। ਅਤੇ ਉਹਦੇ ਵਿੱਚ ਇਹ ਦੋਨੋਂ ਮਤਲਬ ਮੀਆਂ ਬੀਬੀ ਦੀ ਸਟਾਰਟਿੰਗ ਤੋਂ ਹੀ ਆਪਸ ਵਿੱਚ ਇੰਨੀ ਜ਼ਿਆਦਾ ਨਹੀਂ ਬਣੀ। ਉਹ ਉਹਦੇ ਦਿਮਾਗ 'ਚ ਸੀਗਾ ਵੀ ਮੈਂ ਪੜ੍ਹੀ ਲਿਖੀ ਹੈ ਅਤੇ ਇਹ ਜ਼ਿਮੀਂਦਾਰ ਹੈ, ਇਹ ਫੋਰਨ ਤੋਂ ਆਇਆ ਸੀ ਉਸ ਵੇਲੇ। ਅਤੇ ਵਿਆਹ ਹੋ ਗਿਆ ਤਾਂ ਉਹ ਤੋਂ ਬਾਅਦ ਇਹਨਾਂ ਨੇ ਫਿਰ ਆਪਸ ਹੀ ਮੈਂ ਤੂੰ ਤੂੰ, ਜਦੋਂ ਇਹਦਾ ਮਨ ਕਰਦਾ ਸੀ ਰੁੱਸ ਕੇ ਕੁੜੀ ਨੇ ਚੱਲ ਜਾਣਾ, ਜਦੋਂ ਜੀ ਕਰਨਾ ਉੱਥੋਂ ਬੈਗ ਚੱਕਣਾ ਤਾਂ ਆ ਜਾਣਾ। ਅਤੇ ਆਪਸ ਵਿੱਚ ਕਾਫੀ ਤਣਾਓ ਇਹਨਾਂ ਦਾ ਚੱਲਦਾ ਰਿਹਾ, ਸਾਨੂੰ ਇਹਨੇ ਬੱਚੇ ਨੇ ਦੱਸਿਆ ਨਹੀਂ, ਜੇ ਸਾਨੂੰ ਦੱਸਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਅਸੀਂ ਇਹਨੂੰ ਮਤਲਬ ਕਾਫੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣੀ। ਫਿਰ ਇਹਨੇ ਆਖਿਰ ਗੁੱਸੇ ਵਿੱਚ ਹੁਣ ਜਿਸਲੇ ਗਈ ਹੈ 24 ਤਰੀਕ ਨੂੰ, ਅਗਸਤ ਨੂੰ ਚੱਲ ਗਈ ਹੈ ਇਹ। ਫਿਰ ਮੁੜ ਕੇ ਮੁੰਡਾ ਤਾਂ ਕਾਫੀ ਫੋਨ 'ਤੇ ਵੀ ਇਹਦੀਆਂ ਮਿੰਨਤਾਂ ਮੰਨਤਾਂ ਕਰਦਾ ਰਿਹਾ, ਇਹ ਨਹੀਂ ਮਤਲਬ ਕਿਸੇ ਵੀ ਤਰ੍ਹਾਂ ਆਪਣੇ ਬੱਸ 'ਚ ਆਈ। ਉਹਦੇ ਗੁੱਸੇ ਵਿੱਚ ਆ ਕੇ ਇਹਦੇ ਤਣਾਓ ਕਰਕੇ ਮੁੰਡੇ ਨੇ ਦਵਾਈ ਖਾ ਲਈ, ਜ਼ਹਿਰੀਲੀ ਦਵਾ ਕੋਈ ਪੀ ਲਈ, ਜਿਹਦੇ ਕਰਕੇ ਅਸੀਂ ਇਹਨੂੰ ਪਹਿਲੇ ਹਾਜੀਪੁਰ ਲੈ ਕੇ ਗਏ ਹਾਂ। ਹਾਜੀਪੁਰ ਵਾਲਿਆਂ ਨੇ ਸਾਨੂੰ ਜਵਾਬ ਦੇ ਦਿੱਤਾ, ਫਿਰ ਅਸੀਂ ਮਕੇਰੀਆਂ ਲੈ ਗਏ ਹਾਂ ਪਨਵਰ ਪ੍ਰਣਵ ਹੋਸਪਿਟਲ ਕਤਣਿਆਂ ਦਾ। ਹਾਂ, ਅਤੇ ਉਹ ਤੋਂ ਬਾਅਦ ਜਿਸਲੇ ਉਹਨਾਂ ਦੀ ਵੀ ਬੱਸ ਹੋ ਗਈ 5-6 ਦਿਨ ਬਾਅਦ, ਉਹਨਾਂ ਨੇ ਸਾਨੂੰ DMC ਭੇਜਤਾ। DMC ਦੀ ਸਿਸਟਰ ਸੀ, ਇਹ ਸਿਸਟਰ ਦਾ ਜੇਠ ਸੀ ਇੱਕ, ਉਹਨੇ ਬੜੀ ਕੋਸ਼ਿਸ਼ ਕੀਤੀ, ਉਹਨਾਂ ਦੀ ਕਾਫੀ ਮਤਲਬ ਪਹੁੰਚ ਹੈ, ਕਮਿਸ਼ਨਰ ਨਾਲ ਗੱਡੀਆਂ ਚੱਲਦੀਆਂ ਉਹਨਾਂ ਦੀਆਂ। ਖੈਰ ਗੌਰ ਬਹੁਤ ਕੀਤੀ ਡਾਕਟਰਾਂ ਨੇ ਵੀ, ਪਰ ਨਹੀਂ ਗੱਲ ਨਹੀਂ ਬਣੀ। ਫਿਰ ਅਸੀਂ ਕੱਲ੍ਹ ਛੁੱਟੀ ਕਰਾ ਕੇ ਲੈ ਕੇ ਆ ਰਹੇ ਸੀ ਤਾਂ ਰਸਤੇ ਵਿੱਚ ਇਹਦੀ ਜਿਹੜੀ ਆ ਉਹ ਡੈਥ ਹੋ ਗਈ ਹੈ। ਅਸੀਂ ਲੜਕੀ ਤੋਂ ਦੁਖੀ ਸੀਗੇ ਤੇ ਪਰਿਵਾਰਕ ਮੈਂਬਰ ਵੀ ਕੋਈ ਲੜਕੀ ਤੋਂ ਦੁਖੀ ਸੀਗੇ ਔਰ ਲੜਕੀ ਦੀ ਜਿਹੜੀ ਸਲਾਹ ਸੀਗੀ ਉਹ ਮਾਂ ਦੀ ਜ਼ਿਆਦਾ ਸੀ। ਫਾਦਰ ਲੜਕੀ ਦੇ ਘਰ ਨਹੀਂ ਸੀ ਰਹਿੰਦੇ, ਉਹ ਕਰੇਨ ਆਪਰੇਟਰ ਨੇ, ਅਤੇ ਮਾਂ ਧੀ ਦਾ ਦੋਨਾਂ ਦਾ ਇਹ ਜ਼ਿਆਦਾ ਰੋਲ ਹੈ ਜਿਹਦੇ ਵਿੱਚ ਇਹ ਦੁਖੀ ਹੋ ਕੇ ਇਹਨੇ ਇੱਕ ਜ਼ਹਿਰੀਲਾ ਪਦਾਰਥ ਜਿਹੜਾ ਉਹਨੂੰ ਮਤਲਬ ਜ਼ਿਮੀਂਦਾਰ ਵਰਤਦੇ ਨਾ ਰਾਊਂਡ ਅਪ ਜਿਹਨੂੰ ਕਹਿੰਦੇ ਆ, ਮਤਲਬ ਘਾਹ ਵਗੈਰਾ ਉਹ ਘੰਟਿਆਂ ਵਿੱਚ ਹੀ ਸਾੜਦੀ ਹੈ ਉਹ। ਲੜਕੇ ਦੇ ਜੇਕਰ ਗੱਲ ਕਰੀਏ, ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਸੀ? ਇਹਨਾਂ ਦੇ ਪਰਿਵਾਰ ਵਿੱਚ ਇਹਦੇ ਮਾਤਾ ਪਿਤਾ ਨਾ, ਅਤੇ ਬਾਕੀ ਅਸੀਂ ਹੈ ਤਾਇਆ ਤਾਈ, ਬੇੜਾ ਸਾਡਾ ਇਕੱਠਾ ਹੀ ਹੈ। ਇਕਲੇਤਾ ਬੇਟਾ ਸੀ, ਇਹ ਵੱਡੀ ਇੱਕ ਸਿਸਟਰ ਵੱਡੀ ਸੀ ਉਹ ਵਿਆਹੀ ਦੀ ਸੀਗੀ, ਬਾਕੀ ਹੁਣ ਘਰ ਪਈ ਜਿਹੜਾ ਉਹ ਇੱਕ ਕਿਸਮ ਦਾ ਖਾਲੀ ਹੋ ਗਿਆ। ਮਤਲਬ ਮੰਗ ਤਾਂ ਸਾਡੀ ਕੀ ਹੈ ਵੀ ਜਿਹੜੀ ਜਿਹਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਇਨਸਾਫ ਮਿਲਣਾ ਚਾਹੀਦਾ। ਸਾਡਾ ਤਾਂ ਘਰ ਖਾਲੀ ਹੋ ਗਿਆ, ਉਹ ਤਾਂ ਵਸਦੇ ਪਏ ਨੇ, ਉਹਨਾਂ ਨੂੰ ਤਾਂ ਕੋਈ ਅਸਰ ਨਹੀਂ। ਫਿਰ ਇਹ ਉੱਥੇ ਆਈ ਵੀ ਨਹੀਂ, ਇੱਕ ਵਾਰੀ ਜੇ ਆਈ ਹੈ ਤਾਂ ਇਹਨਾਂ ਨੇ ਨਾ ਬੁਲਾਇਆ ਬੱਚੇ ਨੂੰ ਤਾਂ ਨਾ ਹੀ ਸਾਨੂੰ ਬੁਲਾਇਆ, ਇਹਨਾਂ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹਨਾਂ ਨੇ। ਜਦੋਂ ਮੈਨੂੰ ਮਿਲੀ ਹੈ ਉੱਥੇ ਤਾਂ ਕਹਿੰਦੀ ਵੀ ਫੈਸਲਾ ਘਰ ਕਰਨਾ ਜਾਂ ਕੋਰਟ 'ਚ ਕਰਨਾ, ਮੈਂ ਕਿਹਾ ਚਲੋ ਬੱਚਾ ਠੀਕ ਹੋਏਗਾ ਫਿਰ ਤੈਨੂੰ ਫੈਸਲੇ ਦਾ ਵੀ ਦੱਸ ਦਿਆਂਗੇ ਅਸੀਂ। ਅਤੇ ਆਹ ਗੱਲਬਾਤ ਹੋਈ ਆ, ਹੁਣ ਅੱਜ ਡੈਥ ਹੋ ਗਈ ਤਾਂ ਤੁਹਾਡੇ ਸਾਹਮਣੇ ਹੀ ਹੈ। ਇਹ